ਨਾਮ ਤੇਰਾ ਦੀਵਾ, ਨਾਮ ਤੇਰੋ ਬਾਕੀ, ਨਾਮ ਤੇਰਾ ਦੀਵਾ, ਨਾਮ ਤੇਰੋ ਬਾਕੀ, ਨਾਮ ਤੇਰੋ ਤੇਲ ਰੇ ਮਾਏ ਪਸਾਰੇ, ਹਰ ਕੇ ਨਾਮ ਤੇ ਝੂਠੇ ਜਗਤ ਪਸਾਰੇ, ਨਾਮ ਤੇਰੋ ਆਰਤੀ।
करत है सब कृपा तुम्हारी। तू जानत मैं किस नहीं पावखंडन राम, जो तेरी सरदारता तिन नहीं पार। ਜੀ ਜੈ ਗੁਰਦੇਵ। ਬੜੇ ਲੰਬੇ ਅਰਸੇ ਤੋਂ ਗੁਰੂ ਰਵਿਦਾਸ ਤੇ ਬਾਬਾ ਸਾਹਿਬ ਦੇ ਮਿਸ਼ਨ ਤੇ ਕੰਮ ਮੈਂ ਇਕੱਲਾ ਨਹੀਂ ਕਰ ਰਿਹਾ, ਦੇ ਹੋਰ ਮਿਸ਼ਨ ਕੇ ਕਰਨ ਦੇ ਲਈ ਗੁਰੂ ਘਰ ਦੇਖਿਆ, ਜਿਹੜਾ ਕਿ ਦੋ ਖੇਤ ਆ ਅਤੇ ਇੱਕ ਗੁਰੂ ਘਰ ਅਜਿਹਾ ਤੁਹਾਡੇ ਕੋਲ ਹਾਲ ਆ, ਇਹਨੂੰ ਦੁੱਗਣਾ ਇੱਕ ਹਾਲ ਹੈਗਾ ਆ। ਅਤੇ ਅਸੀਂ ਮੈਂ ਉਸ ਨੂੰ ਬੇਨਤੀ ਨੂੰ ਕਰ ਤੁਹਾਡੇ ਕੋਲ ਆਇਆ ਕਿ ਇਹਨਾਂ ਨੌਜਵਾਨਾਂ ਦਾ ਤੁਸੀਂ ਸਾਥ ਦਿਓ, ਤਾਂ ਜੋ ਕਿ ਉਹ ਗੁਰੂ ਘਰ ਖਰੀਦ ਕੇ ਜਿਹੜੀ ਮਲਾਨ ਪਾਸੇ ਦੀ ਸੰਗਤ ਹੈ ਸਾਡੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਆ, ਉਹ ਉੱਥੇ ਪਹੁੰਚ ਸਕੇ, ਕਿਉਂਕਿ ਚੀਵੀ ਦੀ ਨੌ ਜੋ ਗੁਰੂ ਘਰ ਆ ਉਹ ਦੂਰ ਹੋਣ ਕਰਕੇ ਉਹ ਸੰਗਤ ਉੱਥੇ ਨਹੀਂ ਪਹੁੰਚਦੀ। ਬਾਕੀ ਤੁਹਾਨੂੰ ਮੈਂ ਆਪਣੇ ਬਾਰੇ ਸਾਡੇ ਵੀਰ ਸਾਰਾ ਕੁਝ ਦੱਸ ਸਕਦੇ, ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਕੋਲ ਅਸੀਂ ਪਹਿਲਿਆਂ ਆਉਂਦੇ ਰਹੇ ਹਾਂ। ਮੈਂ ਬੜੇ ਲੰਬੇ ਅਰਸੇ ਤੋਂ ਇਹ ਗੁਰੂ ਰਵਿਦਾਸ ਜੀ ਦੇ ਕਮਿਸ਼ਨ 'ਤੇ ਕੰਮ ਕਰਦਾ, ਡੇਰਾ ਸੱਚਖੰਡ ਬੱਲਾ, ਜਿਨ੍ਹਾਂ ਨੇ ਮੈਨੂੰ ਪੂਰੇ ਯੂਰਪ ਦੀ ਸੇਵਾ ਵੀ ਸੰਭਾਲੀ ਹੋਈ ਹੈ। ਸੰਤ ਸਰਵਦਾਸ ਵੈਲਫੇਅਰ ਸੁਸਾਇਟੀ ਯੂਰਪ, ਉਹਦੀ ਮੈਂ ਮੁੱਖ ਸੇਵਾ ਨਿਭਾਉਂਦਾ ਹੋਇਆ ਅੱਜ ਦੁਬਾਰਾ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਆਇਆ ਕਿ ਜਿਹੜੇ ਇਹ ਨੌਜਵਾਨ ਝੋਲੀ ਅੱਡ ਕੇ ਤੁਹਾਡੇ ਕੋਲ ਆਏ ਆ, ਇਹਨਾਂ ਦਾ ਸਾਥ ਉਸੇ ਤਰ੍ਹਾਂ ਦੇਣਾ ਜਿਸ ਤਰ੍ਹਾਂ ਤੁਸੀਂ 27 ਸਾਲ ਪਹਿਲਾਂ ਸਾਥ ਦਿੱਤਾ ਸੀ। ਔਰ ਅੱਜ ਗੁਰੂ ਰਵਿਦਾਸ ਦੀ ਅੰਮ੍ਰਿਤ ਬਾਣੀ ਦੇ ਵਿੱਚ ਹਾਜ਼ਰ ਨਾਜ਼ਰ ਹੋ ਕੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਲੋਕ, ਇਹ ਨੌਜਵਾਨ ਔਰ ਖੁਦ ਮੈਂ ਮਰਦੇ ਦਮ ਤੱਕ ਤੁਹਾਡਾ ਅਹਿਸਾਨ ਕਦੀ ਨਹੀਂ ਭੁੱਲਾਂਗੇ, ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਔਰ ਜਿਹੜੀ ਵੀ ਅਸੀਂ ਕਮੇਟੀ ਬਣਾਈ ਹੈ ਉਸ ਕਮੇਟੀ 'ਚ ਤੁਹਾਡੇ ਵੱਲੋਂ ਸਾਨੂੰ 2 ਬੰਦੇ ਜਿਹੜੇ ਹੈਗੇ ਆ ਉਹ ਦੇਣੇ, ਅਸੀਂ ਉਹ ਵਾਰਡ ਦੀ ਕਮੇਟੀ ਜਿਹੜੀ ਹੈ ਬਣਾਉਣ ਲੱਗੇ ਹਾਂ। ਅਤੇ ਅਸੀਂ ਗੁਰੂ ਘਰ ਦਾ ਜਿਹੜਾ ਸਾਡਾ ਨਾਂ ਹੈ ਉਹ ਅਸੀਂ ਰੱਖਿਆ ਹੈ ਸੰਤ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਬੇਗਮਪੁਰਾ ਬੈਰਗਮੋ ਇਟਲੀ। ਇਸ ਨਾਂ ਦੇ ਥੱਲੇ ਉਹ ਅਸਥਾਨ ਜਿਹੜਾ ਬਣੂਗਾ, ਮੈਂ ਜਿਹੜੇ ਕੁਛ ਮੇਰੇ ਵੀਰ ਆ ਉਹਨਾਂ ਨੂੰ ਮੈਂ ਜਗ੍ਹਾ ਦਿਖਾ ਸਕਦਾ, ਟੈਲੀਫੋਨ 'ਚ ਅਸੀਂ ਲਿਆਏ ਹਾਂ ਬਣਾ ਕੇ। ਅਤੇ ਜੇ ਤੁਹਾਡਾ ਸਾਨੂੰ ਸਾਥ ਮਿਲਿਆ ਤਾਂ ਬਹੁਤ ਜਲਦ ਉਸ ਜਗ੍ਹਾ 'ਤੇ ਤੁਸੀਂ ਰੌਣਕਾਂ ਲਾਓਗੇ, ਤੁਸੀਂ ਪਹਿਲੇ ਮਨੁੱਖ ਹੋ। ਮੈਂ ਇਸ ਕਰਕੇ ਤੁਹਾਡੇ ਕੋਲ ਪਹਿਲਾਂ ਆਇਆ ਕਿ ਬੈਰਗਮੋ ਦੇ ਗੁਰੂ ਘਰ ਦੀਆਂ ਜੜ੍ਹਾਂ ਪੱਕੀਆਂ ਕਰਨ ਵਾਲੇ ਤੁਸੀਂ ਲੋਕ। ਇਸ ਮੇਰੀ ਬੇਨਤੀ ਨੂੰ ਬਾਹਲੀਆਂ ਗੱਲਾਂ ਨਾ ਕਰਦਾ ਹੋਇਆ
ਤੇ ਸਾਰਿਆਂ ਨੇ ਕਬੂਲ ਕਰਨਾ, ਸਾਡਾ ਸਾਥ ਦੇਣਾ, ਤਾਂ ਜੋ ਕਿ ਅਸੀਂ ਇਸ ਬੈਰਗਮੋ ਦੇ ਦੂਸਰੇ ਪਾਸੇ ਜਿਹੜਾ ਹੈਗਾ ਉਹ ਵੀ ਗੁਰੂ ਘਰ ਬਣਾ ਕੇ ਸੰਗਤਾਂ ਨੂੰ ਗੁਰੂ ਰਵਿਦਾਸ ਦੇ ਮਿਸ਼ਨ ਨਾਲ ਜੋੜ ਸਕੀਏ। ਉਹਦੇ ਵਿੱਚ ਮੈਂ ਮੁੱਖ ਸੇਵਾ ਨਹੀਂ ਨਿਭਾਈ, ਪਰ ਜਿਹੜੀ ਕਮੇਟੀ ਹੁੰਦੀ ਸੀਗੀ ਉਹ ਤੋਂ ਵੱਧ ਚੜ੍ਹ ਕੇ ਕੰਮ ਕਰਦਾ ਰਿਹਾ। 15 ਸਾਲ ਮੈਂ ਉਸ ਗੁਰੂ ਘਰ ਲਈ ਕੰਮ ਕੀਤਾ। ਬੜਾ ਅਜੀਬ ਜਿਹਾ ਲੱਗਾ, ਮੈਨੂੰ ਦੁੱਖ ਵੀ ਲੱਗਾ ਇਹ ਕਿ ਜਿਹੜਾ ਗੁਰੂ ਘਰ ਇਕੱਲੇ ਬੈਰਗਮੋ ਦੀਆਂ ਸੰਗਤਾਂ ਵੱਲੋਂ ਨਹੀਂ, ਪੂਰੇ ਇਟਲੀ ਦੀਆਂ ਸੰਗਤਾਂ ਵੱਲੋਂ ਬਣਿਆ ਗਿਆ। ਉੱਥੋਂ ਕੋਈ ਵੀਡੀਓ ਬਣਾ ਕੇ ਤੁਹਾਡੇ ਖਿਲਾਫ਼ ਕੱਢੀ ਜਾਂਦੀ ਹੈ, ਜਾਂ ਕੋਈ ਲੈਟਰ ਕੱਢਿਆ ਜਾਂਦਾ, ਜਾਂ ਅਪਸ਼ਬਦ ਕਿਹਾ ਜਾਂਦਾ, ਜਾਂ ਤੁਹਾਨੂੰ ਗਿਆਨ ਨੂੰ ਨਿਰਾਸ਼ਾ ਮਿਲਦੀ ਹੈ, ਉਹਦੀ ਮੈਂ ਤੁਹਾਡੇ ਦੋਵੇਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ, ਸੋਰੀ ਮੰਗਦਾ ਜੇ ਸਾਡੇ ਵੱਲੋਂ ਕੋਈ ਗਲਤੀ ਹੋਈ ਹੈ। ਬਾਕੀ ਜਿੰਨਾ ਚਿਰ ਅਸੀਂ ਰਹੇ ਹਾਂ, ਅਸੀਂ ਕਿਸੇ ਵੀ ਮੇਰੇ ਵੀਰ ਦੀ ਭੈਣ ਨੂੰ ਬੱਚੇ ਨੂੰ ਕੋਈ ਇਹੋ ਜਿਹਾ ਕੰਮ ਨਹੀਂ ਹੋਣ ਦਿੱਤਾ ਕਿ ਜਿਹਦੇ ਉਹਦੀ ਅੱਖ ਨੀਵੀਂ ਹੋ ਸਕੇ। ਔਰ ਮੈਂ ਵਾਅਦਾ ਕਰਕੇ ਜਾ ਰਿਹਾ ਕਿ ਜਦੋਂ ਵੀ ਤੁਸੀਂ ਸਾਡੇ ਨਾਲ ਖੜ੍ਹਨਾ, ਤੁਹਾਡੀ ਅੱਖ ਨੀਵੀਂ ਨਹੀਂ ਹੋਣ ਦਿਆਂਗੇ। ਜੋ ਵੀ ਤੁਸੀਂ ਸਾਨੂੰ ਗੁਰੂ ਘਰ ਦੇ ਵੱਲੋਂ ਮਦਦ ਕਰੋਗੇ, ਅਸੀਂ ਤੁਹਾਨੂੰ ਲੈਟਰ ਪੈਡ ਦੇ ਉੱਤੇ ਲਿਖ ਕੇ ਮੋੜਨ ਦੇ ਲਈ ਉਹ ਵਚਨਬੱਧ ਰਹਾਂਗੇ, ਉਹ ਦਿਆਂਗੇ। ਪਰ ਤੁਹਾਡੀ ਇੱਜ਼ਤ ਮਾਣ ਸਤਿਕਾਰ ਕਾਇਮ ਰਹੇਗਾ। ਕੁਛ ਮਨੁੱਖ ਹੁੰਦੇ ਹੈ ਜਿਹੜੇ ਕੀਤੇ ਹੋਏ ਨੂੰ ਭੁੱਲ ਜਾਂਦੇ ਆ, ਪਰ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਸਿਪਾਹੀ ਹਾਂ ਜਿਹੜੇ ਸਮਾਜ ਦੇ ਲੜਦੇ ਆ, ਜਿਹੜੇ ਦੇਸ਼ ਦੇ ਲੜਦੇ ਆ, ਲੜਦੇ ਰਹਾਂਗੇ, ਤੁਹਾਡੇ ਚਰਨਾਂ ਦੇ ਵਿੱਚ ਹਮੇਸ਼ਾ ਨੀਵੇਂ ਹੋ ਕੇ ਰਹਾਂਗੇ। ਜੇ ਕੋਈ ਭੁੱਲ ਚੱਕ ਗੁਰੂ ਘਰ ਤੋਂ ਹੋਈ ਹੈ ਤਾਂ ਉਹਦੀ ਮੈਂ ਤੁਹਾਡੇ ਸਾਰਿਆਂ ਤੋਂ ਅੱਜ ਮਾਫ਼ੀ ਮੰਗਦਾ, ਸੋਰੀ ਮੰਗਦਾ। ਜੈ ਗੁਰਦੇਵ। ਬਹੁਤ ਬਹੁਤ ਧੰਨਵਾਦ ਚੰਦਾ ਕੌਤਲ ਜੀ। ਮੈਂ ਇੱਕ ਗੱਲ ਹੋਰ ਜਾਣ ਕਰਾ ਦੇਵਾਂ, ਦੇਸ਼ ਆ ਜਦੋਂ ਗੁਰੂ ਘਰ ਖੁੱਲ੍ਹਾ, ਕਿਸੇ ਵੀ ਬਾਹਰੋਂ ਕਮੇਟੀ ਨੇ ਸਾਨੂੰ ਮਾਲੀ ਮਤ ਧਾਨ ਦੇ ਤੌਰ 'ਤੇ, ਜਾਂ ਕਿਸੇ ਵੀ ਜ਼ਿਲ੍ਹੇ ਦੇ ਮੈਂਬਰ ਨੇ ਜਾਂ ਸਾਡੀ ਸੰਗਤ ਨੇ 100-100 ਜੁੜੋ ਦੀਆਂ 200 ਜੁੜੋ ਦੀਆਂ ਪਰਚੀਆਂ ਨਹੀਂ ਕਟਵਾਈਆਂ, ਆਹ ਬਲੇਸ਼ੀਆ ਦੀ ਸੰਗਤ ਆ। ਮੈਨੂੰ ਯਾਦ ਆ ਸ਼ਾਮ ਰਾਜ ਟੂਰਾ ਜੀ ਅਨੇਕ ਮਾਲੀ ਮਗਰ ਬੈਠੇ ਆ, ਅਸੀਂ ਸਾਰੇ ਰਲ ਕੇ ਜਦੋਂ ਗੁਰੂ ਘਰ ਬੈਰਗਮੋ ਦਾ ਦਰਬਾਰ ਦਾ ਲੈਣਾ ਸੀਗਾ, ਲੇਟ ਹੀ ਹੋਈ ਸੀ, 52-53 ਜੁੜੋ ਦੀਆਂ ਪਰਚੀਆਂ ਮਲੇਰ ਵੀ ਹੋ ਪਰਾਲ ਵੀ ਹੋ ਪੋਲੀ ਵੇਲਾ ਸਿੰਦਰ ਵਾਸੀ ਹੋ, ਇਹਨਾਂ ਤਿੰਨਾਂ 'ਚੋਂ ਪਿੰਡਾਂ ਵਿੱਚੋਂ ਹੀ 52-53 ਜੋੜੇ ਇਕੱਠਾ ਕਰਕੇ ਉੱਥੇ ਦਿੱਤਾ ਸੀਗਾ। ਉਹ ਵੀ ਦਾਨ ਦੇ ਲਓ, ਕੋਈ ਬਿੱਲ ਵਕ ਉਹਨਾਂ ਦੀ ਸੀਗੀ। ਪਰ ਵਿਦੇਸ਼ੀਆ ਦੇ ਗੁਰੂ ਘਰ ਨੂੰ ਬਾਹਰੋਂ ਕਿਸੇ ਵੀ ਮੇਰੇ ਭੈਣ ਭਰਾ ਨੇ 100 ਜੋ ਦੀ ਦਾਨ ਦੀ ਪਰਚੀ ਨਹੀਂ ਢਾਈ, ਜਦੋਂ ਇੱਥੇ ਇੱਕ ਵਾਰੀ ਸੰਗਤ ਇੱਥੇ ਬੈਰਗਮੋ ਆਏ ਸੀਗੇ, ਪੈਸਿਆਂ ਦਾ ਜ਼ਿਕਰ ਕੀਤਾ ਗਿਆ, ਇੱਕ ਬੰਦੇ ਨੇ ਦਿੱਤਾ 1,000 ਰੁਪਇਆ, ਮੈਨੂੰ ਫਿਰ ਲੱਗਾ ਪਤਾ 1,000 ਰੁਪਇਆ ਦਾਨ ਨਹੀਂ ਕੀਤਾ ਗਿਆ, ਇਹ ਧਾਰ ਤਾਂ ਹੀ ਧਾਰ ਉਹ ਹਫ਼ਤੇ ਬਾਅਦ ਉਹ ਵਾਪਸ ਕਰ ਦਿੱਤੇ ਗਏ ਸੀ। ਅਤੇ ਪਰ ਮੈਂ ਮਨਾਹ ਦੀ ਮੈਨੂੰ ਇਹੀ ਭਰੋਸਾ ਦਿਵਾਉਂਦਾ, ਜਿੰਨਾ ਵੀ ਹੋ ਸਕੇ ਵਿਦੇਸ਼ੀਆਂ ਸੰਗਤਾਂ ਗੁਰੂ